ਵੇਲੇ ਸਾਡੇ ਟਾਈਮ 'ਤੇ ਕੋਈ ਨਸ਼ਾ ਨਹੀਂ ਸੀ ਕਰਦਾ। ਜੇ ਪੀਣਾ ਨਸ਼ਾ ਸਾਡਾ ਇਹ ਹੁੰਦਾ ਸੀ ਵੀ ਚਾਹ ਇੱਕ ਕੱਪ ਪੀ ਲੈਣਾ, ਬਸ ਆਹ ਸਾਡਾ ਨਸ਼ਾ ਸੀ। ਹੁਣ ਜਦੋਂ ਇਹ ਹੈ ਵੀ ਇੱਥੇ ਹੈ, ਇੱਥੇ ਤਾਂ ਡਰੱਗ, ਜਦੋਂ ਅਸੀਂ ਜਾਂਦੇ ਹਾਂ ਮੇਰੇ ਯਾਰ ਦੋਸਤ ਹੈ ਕਿ ਮੈਨੂੰ ਸਾਦੇ ਆ ਟੂਰਨਾਮੈਂਟਾਂ 'ਤੇ, ਜਦੋਂ ਅਸੀਂ ਜਾਈਦਾ ਹੈ ਤਾਂ ਸਾਨੂੰ ਕਈ ਵਾਰੀ ਪੁੱਛੀਦਾ ਵੀ ਆਹ ਗੱਡੀਆਂ ਸੇਮ 'ਤੇ ਜਾਂ ਸੂਏ 'ਤੇ ਲੱਗੀਆਂ, ਉਹ ਕਹਿੰਦੇ ਤੁਸੀਂ ਜਾ ਕੇ ਦੇਖ ਲਓ ਵੀ ਉੱਥੇ ਨਸ਼ੇ ਚੱਲਦੇ ਆ, ਸਰਿੰਜਾਂ ਪਈਆਂ ਹੁੰਦੀਆਂ, ਆ ਗੋਲੀਆਂ ਪਈਆਂ ਹੁੰਦੀਆਂ, ਇਹੋ ਜਿਹਾ ਕੁਛ ਉੱਥੇ ਹੁੰਦਾ। ਸਾਲ ਦੀ ਤਰ੍ਹਾਂ ਮੇਲਾ ਬਾਬਾ ਸ਼ਹੀਦੂ ਸ਼ਾਹ ਜੀ ਦਾ ਅਸੀਂ ਨਗਰ ਨਿਵਾਸੀ ਪੰਚਾਇਤ ਪਿੰਡ ਕੰਮਿਆਣਾ NRA ਵੀਰਾਂ ਦੇ ਸਹਿਯੋਗ ਨਾਲ ਮਨਾਉਂਦੇ ਹਾਂ। ਇਸ ਸਾਲ ਵੀ ਅਸੀਂ ਬਾਬਾ ਸ਼ਹੀਦੂ ਸ਼ਾਹ ਜੀ ਦਾ ਮੇਲਾ ਮਨਾ ਰਹੇ ਹਾਂ, ਜਿਹਦੇ ਵਿੱਚ 1 ਤਰੀਕ ਨੂੰ ਵਾਲੀਬਾਲ ਦੇ ਮੈਚ, ਕੁੱਤਿਆਂ ਦੀਆਂ ਟਰੈਕ ਦੌੜਾਂ, ਹੈਂਡਬਾਲ ਅਤੇ ਬਾਸਕਟਬਾਲ ਦੇ ਮੈਚ ਕਰਵਾਏ ਜਾਣਗੇ। 2 ਮਾਰਚ ਨੂੰ ਸੋਮਵਾਰ ਨੂੰ ਕੈਂਸਰ ਦਾ, ਕਾਲਾ ਪੀਲੀਏ ਦਾ, ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲੱਗੂਗਾ ਅਤੇ ਕਬੱਡੀ 55 ਕਿੱਲੋ ਅਤੇ 60 ਕਿੱਲੋ ਦੇ ਮੈਚ ਹੋਣਗੇ। 3 ਮਾਰਚ ਨੂੰ ਕਬੱਡੀ ਦਾ ਮਹਾਂਕੁੰਭ ਹੋਊਗਾ, ਜਿਹਦੇ ਵਿੱਚ ਬਹੁਤ ਹੀ ਪੰਜਾਬ ਤੋਂ ਨਾਮਵਰ ਟੀਮਾਂ ਖੇਡ ਰਹੀਆਂ। ਅਤੇ ਐਤਵਾਰ ਨੂੰ 4 ਮਾਰਚ ਨੂੰ ਆਰਨੇ ਅਤੇ ਗੁਰਲੇਜ ਅਖਤਰ ਜੀ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ। ਅਸੀਂ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਬਾਬਾ ਸ਼ਹੀਦੂ ਸ਼ਾਹ ਜੀ ਦਾ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀਆਂ ਦੇ NRI ਵੀਰ, ਗ੍ਰਾਮ ਪੰਚਾਇਤ ਔਰ ਇਲਾਕਾ ਨਿਵਾਸੀਆਂ ਲਈ ਸੰਯੋਗ ਨਾਲ ਹਰ ਸਾਲ ਦੀ ਤਰ੍ਹਾਂ ਬਾਬਾ ਸ਼ਹੀਦੂ ਸ਼ਾਹ ਜੀ ਦਾ ਮੇਲਾ 1 ਤੋਂ ਲੈ ਕੇ 4 ਮਾਰਚ ਤੱਕ ਅਸੀਂ ਮਨਾਉਂਦੇ ਹਾਂ। ਔਰ 1 ਮਾਰਚ ਨੂੰ ਵਾਲੀਬਾਲ, ਕੁੱਤਿਆਂ ਦੀਆਂ ਦੌੜਾਂ, ਹੈਂਡਬਾਲ ਅਤੇ ਬਾਸਕਟਬਾਲ ਦੇ ਜੋ ਮੁਕਾਬਲੇ ਹੋਣਗੇ। 2 ਮਾਰਚ ਨੂੰ ਅੱਖਾਂ ਦਾ, ਕੈਂਸਰ ਦਾ, ਕਾਲਾ ਪੀਲੀਆ, ਦੰਦਾਂ ਦਾ ਫ੍ਰੀ ਚੈੱਕਅਪ ਅਤੇ ਕਬੱਡੀ 55 ਕਿੱਲੋ ਅਤੇ 60 ਕਿੱਲੋ ਦੇ ਮੈਚ ਕਰਵਾਏ ਜਾਣਗੇ। 3 ਮਾਰਚ ਨੂੰ ਕਬੱਡੀ 75 ਕਿੱਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 4 ਮਾਰਚ ਨੂੰ ਸੱਭਿਆਚਾਰਕ ਪ੍ਰੋਗਰਾਮ ਆਰਨੇਤ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦਾ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।